जलाई रेखा जरूर नी बेलना बना लो अगर करो कम बिल्ली खाई पर जलाई जा सैंपल भरया बेचना पा यार छोटे थले रोल दे यार और खा लो इनू दो ही आए ना जरा खाद का स्टोव रजिस्टर पांच गठा इंची गिटे करी हुई अपना स्टोव रजिस्टर खाद वाले ये कल आई है कल ही करने वाली आई है कल मुंडा आप है नहीं सो दूसरा मुंडा थे छोटे वाला वो करने वाली पांच गठे ही है कल ਪੰਜਾਈ ਪੰਜ ਚੋਂ ਇੱਕ ਵਿਕਿਆ ਚਾਰ ਵਾਪਸ ਚਲੇ ਹਾਂਜੀ ਚਾਰੋਂ ਫਿਰ ਪਰਮਨ ਲੋਟ ਸੀ ਨਾ ਜੀ ਪਰਮਨ ਲੋਟ ਨਹੀਂ ਸੀ ਜੀ ਇਹ ਸਹੀ ਨਹੀਂ ਸਹੀ ਗੱਲ ਤੇ ਬੋਲੋ ਸਹੀ ਤੇ ਆਖੋ ਇਹ ਖੜ ਜਾਓ ਸਹੀ ਤੇ ਅਸੀਂ ਇਹ ਗੱਲ ਕਹਿੰਦੇ ਆ ਵੀ ਤੜਕੇ ਸਵੇਰ 7:30 ਵਜੇ ਟਰੈਕਟਰ ਆਇਆ ਮੈਂ ਸਾਰੀ ਬਾਤ ਸਮਝ ਰਿਹਾ ਹਾਂ ਪਰ ਮੈਂ ਇਸਕੇ ਮੂੰਹ ਸੇ ਬੁਲਵਾ ਰਹਾ ਹਾਂ ਜੋ ਖਾਦ ਯਹਾਂ ਸੇ ਵਾਪਸ ਗਈ ਹੈ ਨਾ ਉਹ ਵਾਪਸ ਨਹੀਂ ਆ ਰਹੀ ਇਹਦੇ ਪਾਸ ਫੋਟੋ ਵੀ ਹੈ ਜੋ ਕਲ ਯਹਾਂ ਪੜੀ ਸੀ ਨਾ ਇਹ ਜੋ ਗੱਟਾ ਹੈ ਆਉਂ ਤਾਂ ਪਟਾਸ਼ ਦੇ ਗੱਟੇ ਸੀਗੇ ਜੀ ਪਟਾਸ਼ ਦੇ ਗੱਟੇ ਵਾਪਸ ਮੰਗਵਾ ਲਏ ਕੋਈ ਗੱਲ ਨਹੀਂ ਠੀਕ ਬਹੁਤ ਆਉਣ ਕੋਲ ਜਿਹੜੇ ਫਾਰਮਲ ਕੋਲ ਜਾ ਤੂੰ ਕਹਿ ਦੇ ਤੁਸੀਂ ਲੈ ਆਵੋ ਇੱਕ ਗੱਟਾ ਯਾਂ ਬਿਕਾ ਇਹ ਚਾਰ ਗੱਟੇ ਹਾਂ ਇਹ ਚਾਰ ਚਾਰ ਗੱਟੇ ਇਹ ਸੇਮ ਤੁਸੀਂ ਬੈਠ ਕੇ ਵਾਪਸ ਮੰਗਵਾ ਇਹਦੇ ਕੋਲ ਰਾਤ ਨੂੰ ਆਦਮੀ ਕਿਉਂ ਭੇਜੇ ਸੀ ਵੀ ਰਾਜੀਨਾਮਾ ਕਰੋ ਮੇਰੇ ਨਾਲ सच नाल खड़ांगे जी बाकी सच दी जित देखो जदों कोई रखड़ा हुंदा ना हर कोई कोशिश करता है कोई मुंडा खुला गट्टा वापस मोड़ लाया मैं यार खुला गट्टा आपां किवें सेल करांगे
ਲੀਡਰ ਸਾਡੇ ਘਰੇ ਕਿਉਂ ਭੇਜੇ ਤੂੰ? ਮੈਂ ਲੀਡਰ ਕੋਈ ਭੇਜਿਆ ਨੀ। ਕਿਉਂ ਜਗਸੀਰ ਜੀ, ਲੀਡਰਾਂ ਨੂੰ ਪਤਾ ਲੱਗ ਗਿਆ ਜੀ ਤੁਹਾਡਾ ਕੱਟਾ ਵਾਪਸ ਆ? ਲੀਡਰ ਸਾਡੇ ਘਰੇ ਕੀ ਲੈਣ ਆਏ ਆ? ਇਸ ਵਾਰ ਲਿਆ ਜੀ, ਕਿਸਾਨਾਂ ਵੱਲੋਂ ਕੋਈ ਸ਼ਿਕਾਇਤ ਪ੍ਰਾਪਤ ਹੋਈ ਸੀ, ਪੋਟਾਸ਼ ਖਰੀਦੀ ਸੀਗੀ ਔਰ ਉਸ ਪੋਟਾਸ਼ ਦੀ ਉਹਨਾਂ ਨੂੰ ਡਾਊਟ ਇਹ ਸੀਗੀ ਵੀ ਇਹ ਸ਼ਾਇਦ ਨਕਲੀ ਹੈ। ਉਹੀ ਪੋਟਾਸ਼ ਦਾ ਗੱਟਾ ਕਿਸਾਨ ਦਾ ਦੁਕਾਨਦਾਰ ਦਾ ਰਿਟਰਨ ਕਰਵਾ ਕੇ ਉਹਦੇ ਵਿੱਚ ਨਮੂਨੇ ਭਰੇ ਨੇ ਔਰ ਨਮੂਨੇ ਜਾਂਚ ਵਾਸਤੇ ਲੈਬੋਰਟਰੀ ਜਾਣਗੇ। ਜਿਵੇਂ ਹੀ ਰਿਪੋਰਟ ਆਏਗੀ ਔਰ ਬਣਦੀ ਕਾਰਵਾਈ ਅਮਲੇ ਚਲਾਈ ਜਾਏਗੀ। ਧੰਨਵਾਦ। ਔਰ ਇੱਕ ਬੇਨਤੀ ਹੋਰ ਕਰਦੇ ਹਾਂ ਵੀ ਜਿਹੜਾ ਸੈਂਪਲ ਭਰੇ ਆ ਉਹ ਸਾਡੇ ਜ਼ਿਮੀਦਾਰ ਭਰਾਵਾਂ ਨੇ ਵੀ ਸੈਂਪਲ ਭਰੇ ਆ, ਜੋ ਕਿ ਇਹ ਕਹਿ ਰਹੇ ਆ ਵੀ ਅਸੀਂ ਵੱਖ ਵੱਖ ਥਾਵਾਂ ਤੋਂ ਉਹਦਾ ਸੈਂਪਲਿੰਗ ਚੈੱਕ ਕਰਾਵਾਂਗੇ। ਹਾਂਜੀ। ਔਰ ਅਸੀਂ ਮਹਿਕਮੇ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਹਦਾ ਸਪਸ਼ਟ ਅਤੇ ਸਹੀ ਜਿਹੜਾ ਆ ਉਹ ਫੈਸਲਾ ਹੋਣਾ ਚਾਹੀਦਾ ਆ, ਕਿਸੇ ਦਬਾਅ ਹੇਠ ਆਣ ਕੇ ਜਾਂ ਕੋਈ ਇਸ ਤਰ੍ਹਾਂ ਦਾ ਕਿਸਾਨਾਂ ਦੇ ਦਬਾਅ ਹੇਠ ਆਣ ਕੇ ਜਾਂ ਕਿਸੇ ਸਿਆਸੀ ਲੀਡਰ ਦੇ ਦਬਾਅ ਹੇਠ ਆਣ ਕੇ ਕਾਰਵਾਈ ਨਹੀਂ ਹੋਣੀ ਚਾਹੀਦੀ। ਇਸ ਕਰਕੇ ਜਿਹੜੇ ਕਿਸਾਨਾਂ ਨੇ ਇੱਥੋਂ ਸੈਂਪਲ ਭਰੇ ਆ ਉਹ ਵੀ ਆਪਦੇ ਵੱਖ ਵੱਖ ਥਾਵਾਂ ਤੋਂ ਸੈਂਪਲ ਚੈੱਕ ਕਰਾ ਕੇ ਆਉਣਗੇ ਔਰ ਉਮੀਦ ਕਰਦੇ ਹਨ ਅਫਸਰਾਂ ਤੋਂ ਵੀ ਇਹ ਬਣਦੀ ਕਾਰਵਾਈ ਜਿਹੜੀ ਆ ਸਹੀ ਅਤੇ ਸਪਸ਼ਟ ਕਰਨਗੇ।